ਬਿਸਮਿਲ੍ਲਾਹਿ ਰਹਿਮਾਨ ਰਹੀਮ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਲੀਲੀ ਰਾਵੀ ਫਾਰਮਿੰਗ। ਦੋਸਤੋ, ਇਸ ਵਕਤ ਮੈਂ ਮੌਜੂਦ ਹਾਂ ਮੁਹੰਮਦ ਹੁਸੈਨ ਦੇ ਡੇਰੇ 'ਤੇ। ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਲਾਲ ਗੋਰੇ ਬੱਛੜੇ ਲੈ ਕੇ ਆ ਗਏ ਨੇ। ਉਹਨਾਂ ਦੇ ਚੱਲੇ ਹਾਂ, ਉਹਨਾਂ ਦੀ ਜ਼ਬਾਨੀ ਸਭ ਕੁਝ ਜਾਣਦੇ ਹਾਂ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ, ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਬੈੱਲ ਆਈਕਨ ਦੇ ਬਟਨ ਦਬਾਉਣਾ, ਤਾਂ ਕਿ ਸਾਡੀ ਆਉਣ ਵਾਲੀ ਤਮਾਮ ਵੀਡੀਓਜ਼ ਤੁਹਾਡੇ ਤੱਕ ਨੋਟੀਫਿਕੇਸ਼ਨ ਦੇ ਜ਼ਰੀਏ ਪਹੁੰਚ ਸਕਣ। ਵੀਡੀਓ ਨੂੰ ਫੁੱਲ ਵਾਚ ਕਰਨਾ, ਵੀਡੀਓ ਬਹੁਤ ਮਜ਼ੇਦਾਰ ਹੋਣਾ ਲਈ ਹੈ। ਮਾਸ਼ਾਅੱਲਾ, ਬਹੁਤ ਹੀ ਸੋਹਣੇ ਖੂਬਸੂਰਤ ਜਾਨਵਰ ਲੈ ਕੇ ਆਏ ਨੇ। ਮਾਸ਼ਾਅੱਲਾ, ਚੱਲਦੇ ਹਾਂ ਬਾਈ ਕੋਲ, ਉਹਨਾਂ ਦੀ ਜ਼ਬਾਨੀ ਸਭ ਕੁਝ ਜਾਣਦੇ ਹਾਂ। ਜੀ, ਅਸਲਾਮ ਅਲੈਕੁਮ ਬਾਈ ਜੀ। ਵਾਲੇਕੁਮ ਸਲਾਮ ਬਾਈ ਜਾਨ, ਕੀ ਹਾਲ ਹੈ? ਅੱਲਾ ਸ਼ੁਕਰ ਆਪਦੇ ਰੱਬ। ਆਪਣਾ ਐਡਰੈਸ, ਆਪਣਾ ਮੋਬਾਈਲ ਨੰਬਰ ਦੱਸ। ਮੁਹੰਮਦ ਹੁਸੈਨ, ਮੇਰਾ ਨਾਮ ਹੈ, ਪਿੰਡ ਰਾਂ ਚੱਕ ਨੰਬਰ 10 ਵਾਨਾ ਰਿਸਾਲੂ ਕਾ ਤਸੀਰ ਰਨਾਲਾ ਖੋਰ ਦੇ ਜ਼ਿਲ੍ਹਾ ਉਕਾੜਾ। ਜ਼ਿਲ੍ਹਾ ਉਕਾੜਾ, ਉਕਾੜਾ ਤੋਂ 12 ਕਿਲੋਮੀਟਰ ਹੈ, ਰਨਾਲਾ ਤੋਂ 8 ਕਿਲੋਮੀਟਰ ਹੈ। ਕੋਈ ਬਾਈ ਸੇਫ ਹੈ ਤੋਂ ਆਵੇ, ਜਿਹੜਾ ਨਾ ਸੈਯਦ ਵਾਲਾ ਮੋਟਰਵੇ ਇੰਟਰਚੇਂਜ ਹੈ 30 ਕਿਲੋਮੀਟਰ ਹੈ। ਫੈਸਲਾਬਾਦ 100 ਕਿਲੋਮੀਟਰ ਹੈ, ਮੁਲਤਾਨ 100 ਕਿਲੋਮੀਟਰ ਹੈ, ਗੁਜਰਾਤ 250 ਕਿਲੋਮੀਟਰ ਹੈ, ਗੁਜਰਾਲਾ 150 ਕਿਲੋਮੀਟਰ ਹੈ, 200 ਕਿਲੋਮੀਟਰ ਹੈ, ਮੁਲਤਾਨ 200 ਕਿਲੋਮੀਟਰ। ਸੁਣ ਵੀਰ, ਅੱਜ ਆਪਣੇ ਡੇਰੇ ਤੇ ਕਿੰਨੇ ਬੱਚੇ ਖੜੇ ਨੇ? ਆਪਣੇ ਅਲਹਮਦੁਲਿਲਾ ਫਾਰਮ ਤੇ 15 ਬੱਚੇ ਖੜੇ ਨੇ। 15 ਬੱਚੇ ਖੜੇ ਨੇ, ਮਾਸ਼ਾਅੱਲਾ। ਕਿਹੜੀ ਨਸਲ ਦੇ ਨੇ? ਦੇਸੀ ਸਾਹੀਵਾਲ ਨਸਲ ਦੇ ਚੋਲਿਸਤਾਨੀ ਬੱਚੇ ਨੇ। ਮਾਸ਼ਾਅੱਲਾ, ਨਾਫ ਜਾਲਰ ਹੈ, ਕੁਰਬਾਨੀ ਵਾਲਾ ਜਾਨਵਰ ਖੜੇ। ਮਾਸ਼ਾਅੱਲਾ ਜੀ, ਇਹਨਾਂ ਦਾ ਕੀ ਹਿਸਾਬ ਲਾਇਆ ਜੇ ਮੁੱਟੇ ਦੇ ਹਿਸਾਬ ਨਾਲ? ਇਹ ਬਹਿਜਾਨ ਬ੍ਰਾਹਮਣ ਵਾਸਤੇ ਫੁੱਲ ਪਿਆਰ ਮੁਹੱਬਤ ਕਰਕੇ 1,10,000 ਦੇ ਪੁੱਠਣ ਦੇ ਦੇਵਾਂਗੇ। ਵਜ਼ਨ ਇਹਨਾਂ ਦਾ ਲਾਈਵ ਜਿਹੜਾ ਹੈ 190 ਕੇਜੀ, 200 ਕੇਜੀ ਹੈ ਜੀ ਬਾਈ। ਪੰਜਾਬੀ ਹੈ, ਯਾਨੀ 2.5 ਮਾਣ, ਪੌਣੇ 3 ਮਾਣ ਵਾਲੇ ਬੱਚੇ ਖੜੇ ਨੇ, ਔਰ ਨਾਫ ਜਾਲਰ ਵਾਲੇ ਬੱਚੇ। ਸੋਹਣੇ ਬੱਚੇ ਖੜੇ ਨੇ, ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਸੋਹਣੇ ਜਾਨਵਰ ਖੜੇ ਨੇ। ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ, ਅਗਰ ਕੋਈ ਬਾਈ ਇੰਟਰਸਟਿਡ ਹੈ ਤਾਂ ਬਾਈ ਨਾਲ ਰਾਬਤਾ ਕਰੋ। ਇੱਕ ਇੱਕ ਵਾਰ ਕਰਕੇ ਤੁਹਾਨੂੰ ਸ਼ੌਕ ਦੇ ਨਜ਼ਾਰੇ ਕਰਵਾਉਂਦੇ ਹਾਂ। ਮਾਸ਼ਾਅੱਲਾ, ਇਹ ਚੈੱਕ ਕਰੋ, ਤਸੱਲੀ ਕਰੋ। ਮਾਸ਼ਾਅੱਲਾ, ਅਬਲਖ ਜਾਨਵਰ ਹੈ, ਅਬਲਖ ਸੋਹਣਾ। ਪ੍ਰਿੰਟ ਚੈੱਕ ਕਰੋ ਮਾਸ਼ਾਅੱਲਾ ਜੀ। ਇਹੋ ਜਿਹਾ ਜਾਨਵਰ ਬਾਈ ਜਾਨ, ਕੁਰਬਾਨੀ ਦਾ 3-3 ਲੱਖ ਦੇ ਬਣਾ ਹੈ। 3-3 ਲੱਖ ਰੁਪਏ ਦਾ ਬਣਾ ਜੀ, ਮਾਸ਼ਾਅੱਲਾ। ਤੇ ਚੈਨਲ ਤੇ ਮਾਸ਼ਾਅੱਲਾ 1,10,000 ਵਜੇ, 1,00,000 ਸਿਰਫ 10,000 ਦਾ, 10,000 ਦਾ। ਹਾਂ, ਇਹ ਕਿਸੇ ਫੈਮਿਲੀ ਵਾਸਤੇ, ਕਿਸੇ ਫਾਰਮ ਤੋਂ ਕਿਸੇ ਮੰਡੀ ਤੋਂ 1,000 ਦਾ ਮਿਲਿਆ ਤੇ ਭਾਈ ਮੁਹੰਮਦ ਸਿੰਘ ਤੁਹਾਨੂੰ 5,000 ਰੁਪਇਆ ਵੀ ਇਨਾਮ ਦੇਵੇਗਾ ਜੀ। ਮਾਸ਼ਾਅੱਲਾ ਜੀ, ਇਹ ਤਸੱਲੀ ਕਰੋ, ਕਿੰਨਾ ਸੋਹਣਾ ਜਾਨਵਰ ਹੈ। ਇਹ ਆਫਰ ਹੈ ਜੀ ਨੀਲੀ ਰਾਵੀ ਫਾਰਮਿੰਗ ਦੇ ਜਿਹੜੇ ਮੈਂਬਰ ਨੇ, ਫੈਮਿਲੀ ਮੈਂਬਰ ਨੇ, ਉਹਨਾਂ ਵਾਸਤੇ। ਮਾਸ਼ਾਅੱਲਾ, ਇਹ ਚੈੱਕ ਕਰੋ, ਤਸੱਲੀ ਕਰੋ। ਇਹਦਾ ਇਕੱਲੇ ਦਾ ਕੀ ਮੰਗਦੇ ਪਏ ਭਾਈ ਜੀ? ਇਕੱਲਾ 1,15,000 ਦਾ। 1,15,000 ਦਾ ਇਹ ਲਾਟ ਇਸ ਕਿਵੇਂ? ਲਾਟ 1,10,000 ਦਾ। 1,10,000 ਜੀ, ਅੱਗੇ ਆ ਜਾਓ ਜੀ। ਮਾਸ਼ਾਅੱਲਾ, ਤਸੱਲੀ ਕਰੋ, ਬਹੁਤ ਹੀ ਖੂਬਸੂਰਤ ਸੋਹਣੇ ਜਾਨਵਰ ਨੇ ਜੀ। ਬਾਈ, ਇਹਦਾ ਕੀ ਮੰਗਦੇ ਪਿਓ? ਇਹਦਾ ਵਜ਼ਨ ਕਿੰਨਾ? ਇਹਦਾ ਵਜ਼ਨ 210 ਕੇਜੀ। 210 ਕੇਜੀ, 10 ਕੇਜੀ ਹਾਂਜੀ। ਕਿੰਨੇ ਦਾ ਦੇਣਾ ਇਕੱਲਾ? ਇਕੱਲਾ 1,20,000 ਦਾ। ਅੱਛਾ, ਅਗਰ ਕੋਈ ਬਾਈ 15 ਦੇ 15 ਬੱਚੇ ਖਰੀਦਦਾ ਹੈ ਤੇ ਉਹਨੂੰ ਡਿਲੀਵਰੀ ਪੂਰੇ ਪੰਜਾਬ ਦੀ, ਪੂਰੇ ਪਾਕਿਸਤਾਨ ਦੀ ਦੇਵੋਗੇ? ਮਾਸ਼ਾਅੱਲਾ ਜੀ, ਪੂਰੇ ਪਾਕਿਸਤਾਨ ਦੀ, ਜਿੱਥੇ ਆਖੋਗੇ ਉੱਥੇ ਮਿਲੇਗੀ ਡਿਲੀਵਰੀ। ਇਹਦਾ ਕੀ ਮੰਗਦੇ ਪਿਓ ਇਕੱਲੇ ਦਾ? ਇਹਦਾ 1,20,000 ਰੁਪਏ। 1,20,000 ਰੁਪਇਆ ਲਾਟ ਚ, 1,10,000 ਰੁਪਏ ਦਾ ਲਾਟ। ਰਾਵਣ, ਮਾਸ਼ਾਅੱਲਾ ਵਿਖਾ ਦੇ। ਜਾਨਵਰ ਵਿਖਾਉਣ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਆਪਣੇ ਅਲਹਮਦੁਲਿਲਾ ਡੇਰੇ ਤੇ ਜਾਨਵਰ, ਉਹ ਐਸਾ ਕੋਈ ਵੀ ਨਹੀਂ ਹੁੰਦਾ ਜਿਹੜਾ ਬੇਅਹਿਬ ਜਾਨਵਰ ਹੋਵੇ ਜੀ। ਮਾਸ਼ਾਅੱਲਾ ਜੀ, ਤਸੱਲੀ ਕਰੋ, ਗੋਲ ਮਟੋਲ ਜਾਨਵਰ ਨੇ। ਕਲਰ ਚੈੱਕ ਕਰੋ ਨਾ, ਮਾਸ਼ਾਅੱਲਾ, ਐ ਚੀਜ਼ ਦੇਖਦੇ ਹੁੰਦੇ ਜੀ ਬਾਈ ਜਾਨ। ਅਨਾਬ ਜਾਲਰ, ਕਲਰ ਪ੍ਰਿੰਟ ਚੈੱਕ ਕਰੋ, ਮਾਸ਼ਾਅੱਲਾ, ਕਿੱਡਾ ਸੋਹਣਾ ਜਾਨਵਰ ਹੈ। ਨਾਲੇ ਸਿੰਘ ਵਾਲਾ ਜਾਨਵਰ ਕੋਈ ਨਹੀਂ, ਦੇਸੀ ਜਾਨਵਰ ਹੈ। ਇਹਦੇ ਮੈਂ ਦਾ ਫੇ ਸਿੰਘ ਵਾਲੇ ਦਾ ਤੇ ਬੈਜਾਨ ਗੋਨੇ ਵਿੱਚ ਦੀ ਖਰੀਦ ਦਾ ਹੀ ਕਮ ਸੇ ਕਮ 10-12,000 ਦਾ ਫਰਕ ਹੁੰਦਾ। ਅੱਛਾ, ਸਿੰਘਾਂ ਦਾ ਸਸਤਾ ਲੱਭਦਾ ਹੈ, ਜਿਹੜਾ ਗੋਨਾ ਹੁੰਦਾ ਮਹਿੰਗਾ ਵਿਕਦਾ, ਕੱਲ ਨੂੰ ਵਿਕਦਾ ਵੀ ਮਹਿੰਗਾ ਹੈ। ਬ੍ਰਾਂਡ, ਹਾਂ, ਬ੍ਰਾਂਡ ਬੱਚਾ, ਬ੍ਰਾਂਡ ਬੱਚਾ ਹੁੰਦਾ ਜੀ। ਮਾਸ਼ਾਅੱਲਾ, ਇਹ ਚੈੱਕ ਕਰੋ, ਮੁਹੰਮਦ ਹੁਸੈਨ ਦੇ ਡੇਰੇ ਤੇ। ਅਗਰ ਇਹਨਾਂ ਨੂੰ ਕੋਈ ਐਬ ਨੁਕਸ ਤਾਂ ਨਹੀਂ ਹੈ ਬਾਈ ਜਾਨ? 10 ਦਿਨ ਦੀ ਗਰੰਟੀ ਹੈ। 10 ਦਿਨ ਦੀ ਗਰੰਟੀ ਡੇਰੇ ਤੇ ਗਿਆ ਹੋਵੇ ਵੀ, ਕੋਈ ਕਿਸੇ ਕਿਸਮ ਦਾ ਐਬ ਨੁਕਸ ਹੋਵੇ, 10 ਦਿਨ ਦੀ ਗਰੰਟੀ ਹੈ। ਕਾਬਲੇ ਵਾਪਸੀ ਹੈ, ਬਿਮਾ ਹੈ, ਵਿਦ ਕਿਰਾਇਆ ਖਰਚਾ। 8 ਦਿਨ ਅਗਰ ਮਜ਼ਦੂਰ ਉਹਦੀ ਸੇਵਾ ਕਰੇਗਾ, ਮਜ਼ਦੂਰ ਦੀ ਮਜ਼ਦੂਰੀ ਵੀ ਦੇਵਾਂਗੇ ਜੀ। ਅਗਰ ਇਹਨਾਂ 15 ਇੰਚੋਂ ਕੋਈ ਬੰਦਾ ਆਉਂਦਾ, ਮੈਂ 8 ਚੁਗਨੇ ਨੇ, ਤੇ ਉਹਨਾਂ ਨੂੰ ਡਿਲੀਵਰੀ ਦਿਓਗੇ? 95 ਡਿਲੀਵਰੀ ਦੇ ਦੇਵਾਂਗੇ, ਪੰਜਾਬ ਦੀ, ਪਾਕਿਸਤਾਨ ਦੀ, ਪੰਜਾਬ ਦੀ,
ਪੂਰੇ ਪੰਜਾਬ ਦੇ ਅਗਰ 15 ਲੈਂਦਾ ਉਹਨੂੰ ਪਾਕਿਸਤਾਨ ਦੀ ਦੇ ਹਾਂ ਪੂਰੇ ਪਾਕਿਸਤਾਨ ਦੇ ਪੂਰੇ ਪਾਕਿਸਤਾਨ ਦੇ ਡਿਲੀਵਰੀ ਐਂ ਚੈੱਕ ਕਰੋ 5 ਦੇ ਪੂਰੇ ਪੰਜਾਬ ਦੇ ਇਹ ਕਾਲਾ ਬ੍ਰਾਂਡ ਕਿੰਨੇ ਦਾ ਦੇਣਾ ਕਾਲਾ ਬ੍ਰਾਂਡ ਬਹਿ ਜਾਣ 1,05,000 ਇਹਦਾ ਵਜ਼ਨ ਕਿੰਨਾ ਹੈ ਵਜ਼ਨ ਬਹਿ ਜਾਣ 200 ਕੇ ਮੂੰਹ ਚ ਕਿਵੇਂ ਨੇ ਸਾਰੇ ਸੱਤੇ ਖੀਰੇ ਨੇ ਸਾਰੇ ਦੇ ਕੁਰਬਾਨੀ ਤੇ ਲੱਗਣ ਵਾਲੇ ਕੁਰਬਾਨ ਹੈ ਨਹੀਂ ਜਾਨਵਰੀ ਕੁਰਬਾਨੀ ਵਾਲੇ ਇਹ ਦੇਖੋ ਨਾ ਬਹਿ ਜਾਣ ਜੀ ਮਾਸ਼ਾਅੱਲਾ ਸਾਰਾ ਜਾਨਵਰ ਇੱਕ ਦੂਏ ਦੇ ਸੋਹਣੇ ਨੇ ਇਹ ਦੇਖੋ ਇਹ ਚ ਸੱਲੀ ਕਰੋ ਮਾਸ਼ਾਅੱਲਾ ਜੀ ਜਾਨਵਰ ਕੇ ਖਾਣ ਦਾ ਮਤਲਬ ਚੱਲ ਚੈੱਕ ਕਰੋ ਨਾ ਮਾਸ਼ਾਅੱਲਾ ਪੱਕੇ ਲੱਗੇ ਦੇਖੋ ਕਿਤੇ ਸੋਹਣੇ ਲੱਗੇ ਇਹ ਚੀਜ਼ਾਂ ਦੇਖੋ ਇਹ ਚੈੱਕ ਕਰੋ ਸੱਲੀ ਕਰੋ ਬਹੁਤ ਹੀ ਖੂਬਸੂਰਤ ਸੋਹਣੇ ਜਾਨਵਰ ਨੇ ਭਾਈ ਮੁਹੰਮਦ ਹੁਸੈਨ ਸਾਹਿਬ ਦੇ ਕੋਲ ਕਾਲਾ ਜਾਨਵਰ ਤੇ ਕੈਮਰਾ ਮਾਰਦੇ ਬੜਾ ਜਾਨਵਰ ਹੈ ਜਿਹੜਾ ਕੱਲਾ ਜਾਨਵਰ ਲੈ ਜਾਵੇ ਇਨਸ਼ਾਅੱਲਾ 3 ਲੱਖ ਦਾ ਵੇਚੇਗਾ 3 ਲੱਖ ਰੁਪਏ ਦਾ ਅਗਰ ਕੋਈ 3 ਮਹੀਨੇ ਦੀ ਫਾਰਮਿੰਗ ਕਰੇ ਆਪਣੇ ਭੇਜਣ 15 ਬੱਚਿਆਂ ਚੋਂ 3 ਮਹੀਨੇ ਬਾਅਦ ਆਰਾਮ ਨਾਲ ਰੁਪਈਆ ਜਿਹੜਾ ਨਾ 8-10 ਲੱਖ ਕਮਾ ਕੇ ਖਰਚਾ ਕੱਢ ਕੇ ਸਾਰੇ ਕਿੰਨੇ ਦਿਨਾਂ ਚ 3 ਮਹੀਨੇ 10 ਲੱਖ ਰੁਪਈਆ ਕਮਾਉਂਦਾ 3 ਮਹੀਨੇ 10 ਲੱਖ ਜੀ ਅਲਹਮਦੁਲਿਲਾ ਡੈਡੀ ਦਾ ਖਰਚਾ ਇੱਕ ਬੱਚੇ ਤੇ ਕਿੰਨਾ ਹੈ ਡੈਡੀ ਦਾ ਖਰਚਾ ਭੇਜਣ ਅਗਰ ਕੋਈ 500 ਜਾਨਵਰ ਨੂੰ ਖਵਾਉਂਦਾ ਹੈ ਸ਼ਾਮ ਨੂੰ ਇਨਸ਼ਾਅੱਲਾ ਜਾਨਵਰ 1500 ਰੁਪਈਆ ਦਿੰਦਾ ਜੀ ਬਈ ਬਿਲਕੁਲ ਕਿਉਂਕਿ ਅਲਹਮਦੁਲਿਲਾ ਡੇਲੀ ਦਾ ਆਪਣਾ ਜਾਨਵਰ 2 ਕਿਲੋ ਗਰੋਥ ਕਰਦਾ ਹੈ 1.5 ਕਿਲੋ ਤੱਕ ਗਈ ਨਹੀਂ 1.5 ਕਿਲੋ ਦੀ ਗਰੋਥ ਆਈ ਸਿੱਧੀ ਸਾਈ 1500 ਦੀ ਹੈ ਸੇਵਾ ਕਰੋਗੇ ਤੇ ਮੇਵਾ ਬਣੇਗਾ ਮਾਸ਼ਾਅੱਲਾ ਜੀ ਇਹ ਜਾਨਵਰ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਨੇ ਸੋਹਣੇ ਜਾਨਵਰ ਨੇ ਨਾਫ ਜਾਲਰ ਵਾਲੇ ਨਾਫ ਵਾਲੇ ਜਾਲਰ ਵਾਲੇ ਹਾਂਜੀ ਪ੍ਰਿੰਟਡ ਕਲਰ ਵਾਲੇ ਮਾਰਦੇ ਸਵਾਰ ਕੇ ਵੇਖੋ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਤਸੱਲੀ ਕਰੋ ਅਗਾ ਲਗੇ ਆਓ ਵੀ ਖਾ ਦਿਓ ਬ੍ਰਾਹਮਣ ਕਿਉਂਕਿ ਬ੍ਰਾਹਮਣ ਦੇ ਵਾਸਤੇ ਗਿਫਟ ਲੈਂਦੇ ਨੇ ਗਿਫਟ ਜੀ ਗਿਫਟ ਮਾਸ਼ਾਅੱਲਾ ਇਹ ਚੈੱਕ ਕਰੋ ਮਾਸ਼ਾਅੱਲਾ ਤਸੱਲੀ ਕਰੋ ਇਹ ਜਾਨਵਰ ਵੇਖੋ ਇਹ ਚੈੱਕ ਕਰੋ ਇਹ ਚੀਜ਼ ਹੁੰਦੀ ਹੈ ਇਹ ਚੀਜ਼ ਇਹੋ ਜਿਹਾ ਹਰ ਬੰਦਾ ਬੱਚੇ ਨਹੀਂ ਲਿਆਉਂਦਾ ਕਲਰ ਇਹਦਾ ਵੇਖੋ ਨਾ ਮਾਸ਼ਾਅੱਲਾ ਕਿੰਨਾ ਸੋਹਣਾ ਨੀਲੀ ਫਾਰਮਿੰਗ ਤੇ ਦੋਨੋਂ ਵਿਖਾ ਰਹੇ ਆ ਜੀ ਜੀ ਬਿਲਕੁਲ ਮਾਸ਼ਾਅੱਲਾ ਜੀ ਤਸੱਲੀ ਕਰੋ ਤੇ ਨਾਲੇ ਨੀਲੀ ਫਾਰਮਿੰਗ ਵਾਲੇ ਜਿਹੜੇ ਰੇਟ ਹਨ ਉਹ ਕਿਸੇ ਹੋਰ ਤੇ ਪਾਸ ਲੱਭਣੇ ਵੀ 5000 ਸਸਤਾ ਸਾਰਾ 5000 ਰੁਪਏ ਸਸਤਾ ਹੈ ਨੀਲੀ ਦਾ ਵੀ ਤੇ ਪੱਕੀ ਗੱਲ ਹੈ ਹਾਂਜੀ ਖੂਬਸੂਰਤ ਨਾਪ ਵਾਲੇ ਜਾਲਰ ਵਾਲੇ ਕਲਰਫੁਲ ਬੱਚੇ ਨੇ ਜੀ ਅੱਛਾ ਦੋਸਤੋ ਮਾਸ਼ਾਅੱਲਾ ਤਸੱਲੀ ਕਰੋ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ ਸਾਰਿਆਂ ਦਾ ਕੈਮਰਾ ਮਾਰ ਦਿਓ ਬ੍ਰਾਹਮਣ ਵਿਖਾ ਦੇ ਜੀ ਭਾਈ ਜਾਨ ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਆਫਰਾਂ ਵਾਲੀਆਂ ਵੀਡੀਓ ਤੁਹਾਡੇ ਤੱਕ ਨੋਟੀਫਿਕੇਸ਼ਨ ਦੇ ਜ਼ਰੀਏ ਪਹੁੰਚ ਸਕਣ ਇਨਸ਼ਾਅੱਲਾ ਆਪਾਂ ਜਲਦੀ ਮਿਲਾਂਗੇ ਅਗਲੀ ਵੀਡੀਓ 'ਚ ਉਨੀ ਦੇਰ ਵਾਸਤੇ ਆਪਣੇ ਭਾਈ ਨਾਸਰ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼